ਇਹ ਬੇਹੱਦ ਸ਼ਰਮਨਾਕ ਤਸਵੀਰਾਂ ਸ਼ਹਿਰ ਬਰਨਾਲੇ ਦੀਆਂ ਨੇ ਜਿਨ੍ਹਾਂ ਮੁੰਡੇ ਕੁੜੀਆਂ ਦੀ ਖਿੱਚਤੂ ਅਤੇ ਉਹਨਾਂ ਉੱਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ। ਇਹ ਕੋਈ ਆਮ ਲੋਕ ਨਹੀਂ ਸਗੋਂ ਉਹ ਲੋਕ ਨੇ ਜਿਨ੍ਹਾਂ ਦੇ ਹੱਥ ਸਾਡੇ ਨੌਜਵਾਨਾਂ ਦਾ ਭਵਿੱਖ ਹੈ। ਪਹਿਲਾਂ ਜ਼ਰਾ ਇਹ ਵੀਡੀਓ ਦੇਖੋ ਕਿਵੇਂ ਉੱਚ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਮੀਟਿੰਗ ਦੀ ਮੰਗ ਕਰ ਰਹੇ ਪ੍ਰੋਫੈਸਰਾਂ ਨੂੰ ਮੁਲਾਕਾਤ ਦੀ ਥਾਂ 'ਤੇ ਡੰਡੇ ਖਿੱਚਤੂ ਅਤੇ ਲਾਠੀ ਚਾਰਜ ਮਿਲਿਆ। ਹੋਰ ਤਾਂ ਹੋਰ ਮਹਿਲਾ ਪ੍ਰੋਫੈਸਰਾਂ ਨਾਲ ਸ਼ਾਇਦ ਪੁਲਿਸ ਦਾ ਅਜਿਹਾ ਵਤੀਰਾ ਵੀ ਕੈਮਰੇ ਸਾਹਮਣੇ ਪਹਿਲੀ ਵਾਰ ਹੀ ਨਜ਼ਰ ਆਇਆ ਹੋਵੇ। ਪਰ ਜੈਸਮੀਨ ਨਾਂ ਦੀ ਇੱਕ ਪ੍ਰੋਫੈਸਰ ਨੇ ਲਾਠੀ ਚਾਰਜ ਅਤੇ ਕੁੜੀਆਂ ਦੀ ਖਿੱਚਤੂ ਕਰਨ ਵਾਲਿਆਂ ਨੂੰ ਕੈਮਰੇ ਮੂਹਰੇ ਹੀ ਲਾਹਨਤਾਂ ਪਾਈਆਂ। Thank you.
Thank you.
पिछे हो जाए यार हुण सुनो किवें अपनियां पुरानियां पक्कियां नौकरियां छड्ड के सरकार दे कहे ते भर्ती होण वाले प्रोफेसरां दे मूहों उन्हां नाल मीटिंग दी मंग करदिआं नाल की होया। ਇੱਥੇ ਅਸੀਂ ਮੀਂਹ ਦੇਰ ਨਾਲ ਮਿਲਣਾ ਆਏ ਸੀਗੇ, ਸਾਡੇ ਦੇਖੋ ਅੱਗੇ ਇੱਥੇ ਪੁਲਿਸ ਆ ਜਾਂਦਾ, ਕੁੜੀਆਂ ਨੂੰ ਵੀ ਕੁੱਟਿਆ ਆ, ਉਹਨਾਂ ਦੇ ਕੱਪੜੇ ਪਾਰੇ ਆ। ਅਸੀਂ ਕੀ ਮੰਗ ਰਹੇ ਇਹਨਾਂ ਤੋਂ? ਇੱਕ ਮੀਟਿੰਗ ਮੰਗ ਰਹੇ ਆ। ਉੱਦਾਂ ਸਾਡੇ ਆਮ ਆਦਮੀ ਬਣੀ ਕਰਦੇ ਆ, ਆਪਣੀ ਪ੍ਰੋਟੈਸਟ 'ਤੇ ਆਏ ਸੀਗੇ, ਐਂਡ ਆ ਦੇਖ ਲਓ ਜੀ ਕੀ ਹਾਲ ਕਰ ਰਹੇ। ਕੁੜੀਆਂ ਦੀਆਂ ਚੁੰਨੀਆਂ ਲਾ ਕੇ ਕਿੱਥੋਂ ਕੱਪੜੇ ਪਾੜਨ ਨੂੰ ਜਾਈ ਜਾਂਦੇ ਜੀ। ਦੇਖੋ ਨਿਗਾਹ ਮਾਰੋ ਇੱਧਰ ਦੁਨੀਆਂ 'ਤੇ। ਰੁਜ਼ਗਾਰ ਦੇ ਲਈ ਲੱਗਦੇ ਸੀਗੇ, ਸਰਕਾਰ ਨੇ ਭਰਤੀ ਕੱਢੀ ਸੀ, ਸਰਕਾਰ ਨੇ ਚੰਗੇ ਤਰੀਕੇ ਨਾਲ ਪੈਰਵਾਈ ਨਹੀਂ ਕੀਤੀ, ਉਹ ਪੈਰਵਾਈ ਨਾ ਕਰਨ ਦੇ ਚੱਕਰ 'ਚ ਇਹ ਭਰਤੀ ਕੈਂਸਲ ਹੋਈ। ਪਰ ਉਸ ਤੋਂ ਬਾਅਦ ਵੀ ਇੱਕ ਵਾਰ ਵੀ ਸਰਕਾਰ ਦੀ ਸਟੇਟਮੈਂਟ ਆਈ 12 ਦਸੰਬਰ ਨੂੰ, ਜਿਹੜੀ ਦਸੰਬਰ ਦੇ ਮਹੀਨੇ ਮੈਂ ਜੁਆਇਨ ਕੀਤਾ ਸੀਗਾ। ਇਹ ਗੰਦੀਆਂ ਨੀਤੀਆਂ ਸਰਕਾਰ ਦੀਆਂ ਜਿਹਨਾਂ ਨੇ ਭਰਤੀ ਰੱਦ ਕਰੀ। ਅੱਜ ਸਾਨੂੰ ਇੱਥੇ ਇੱਕ ਛੋਟੀ ਜਿਹੀ ਮੀਟਿੰਗ ਮੰਗਣ ਆਏ ਸੀ, ਉਹ ਮੀਟਿੰਗ ਦੇ ਵਿੱਚ ਦੇਖੋ ਸਾਨੂੰ ਕੀ ਦੇ ਰਹੇ ਨੇ। ਸਾਡੇ ਨਾਲ ਖੂਨ ਖਰਾਬਾ ਹੋ ਰਿਹਾ, ਮੇਰੇ ਇਹਨਾਂ ਨੇ 2 ਡੰਡੇ ਇੱਧਰ ਲੱਤ ਤੇ ਮਾਰੇ ਨੇ। ਅਸੀਂ
ਅਸੀਂ ਬਹੁਤ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਸੀ ਅਸੀਂ ਸਵੇਰ ਦੇ 10 ਵਜੇ ਦੇ ਆ ਇੱਥੇ ਚੌਂਕ ਤੇ ਬੈਠੇ ਸੀਗੇ ਕੋਰਟ ਚੌਂਕ ਹੈ ਜਿਹੜਾ ਅਸੀਂ ਕਿੰਨੇ ਘੰਟੇ ਇਹਨਾਂ ਦੀ ਵੇਟ ਕਰਦੇ ਰਹੇ ਹਾਂ ਵੀ ਐਡਮਿਨਿਸਟ੍ਰੇਸ਼ਨ ਸਾਨੂੰ ਕੋਈ ਪ੍ਰੋਪਰ ਜਵਾਬ ਦਊਗਾ ਇਹਨਾਂ ਨੇ ਸਾਨੂੰ ਇੰਨੀ ਵੇਟ ਕਰਾਈ ਹੈ ਅਸੀਂ 4-5 ਘੰਟੇ ਬੈਠਦੇ ਰਹੇ ਹਾਂ ਉਸ ਤੋਂ ਬਾਅਦ ਅਸੀਂ ਜਦ ਇਹਨਾਂ ਕੋਲੋਂ ਇਹਨਾਂ ਦੇ ਵੱਲੋਂ ਸਾਨੂੰ ਕੋਈ ਤਸੱਲੀ ਬਖਸ਼ ਕੋਈ ਨਹੀਂ ਜਵਾਬ ਮਿਲਿਆ ਇਹਨਾਂ ਨੇ ਸਾਡੀ ਡਿਮਾਂਡ ਨਹੀਂ ਮੰਨੀ ਅਸੀਂ ਸਿਰਫ ਇੱਕ ਪੈਨਲ ਮੀਟਿੰਗ ਮੰਗੀ ਆ ਅਸੀਂ ਕਿਹੜਾ ਇਹਨਾਂ ਦਾ ਘਰ ਖਜ਼ਾਨਾ ਕੁਛ ਮੰਗ ਲਿਆ ਅਸੀਂ ਕੋਈ ਨੌਕਰੀ ਨਹੀਂ ਮੰਗ ਰਹੇ ਅਸੀਂ ਕੁਛ ਨਹੀਂ ਕਹਿ ਰਹੇ ਅਸੀਂ ਕਹਿ ਰਹੇ ਸਿਰਫ ਸਾਡੀ ਗੱਲ ਸੁਣ ਲਓ ਜੇ ਆਮ ਆਦਮੀ ਹੈਗੇ ਨੇ ਸਾਡੇ ਕੋਲ ਇੱਥੇ ਸੜਕ ਤੇ ਆ ਕੇ ਸੁਣ ਲੈਂਦੇ ਸਾਡੀ ਗੱਲਬਾਤ ਅਸੀਂ ਜਦੋਂ ਉੱਥੇ ਪ੍ਰੋਟੈਸਟ ਕਰਨ ਗਏ ਹੈਗੇ ਤਾਂ ਉਦੋਂ ਇਹਨਾਂ ਨੇ ਪਹਿਲਾਂ ਇੱਕ ਬੈਰੀਗੇਟ ਲਗਾਇਆ ਸਾਨੂੰ ਅੰਦਰ ਜਾਣ ਨਹੀਂ ਦਿੱਤਾ ਹੈਗਾ ਅਸੀਂ ਬਹੁਤ ਸ਼ਾਂਤਮਈ ਢੰਗ ਨਾਲ ਕਿਹਾ ਵੀ ਸਾਨੂੰ ਅੰਦਰ ਜਾ ਲੈਣ ਦਿਓ ਅਸੀਂ ਸਿਰਫ ਇੱਕ ਪੈਨਲ ਮੀਟਿੰਗ ਕਰਨੀ ਆ ਸਾਡਾ ਕੋਈ ਇਰਾਦਾ ਨਹੀਂ ਸੀ ਇਸ ਤਰ੍ਹਾਂ ਵਾਇਲੈਂਟ ਹੋਣ ਦਾ ਬੈਰੀਗੇਟ ਤੋੜਨ ਦਾ ਜਦੋਂ ਇਨਸਾਨ ਹਾਰ ਜਾਂਦਾ ਆ ਸਾਡੀ ਪੇਸ਼ੈਂਸ ਨੇ ਜਵਾਬ ਦਿੱਤੀ ਅਸੀਂ 6-7 ਘੰਟੇ ਤੋਂ ਬੈਠੇ ਉਡੀਕ ਰਹੇ ਹਾਂ ਉਦੋਂ ਇਹਨਾਂ ਨੇ ਸਾਡੀ ਕੁਛ ਨਹੀਂ ਸੁਣੀ ਹੈਗੀ ਸਾਡੇ ਕੋਲ ਕੋਈ ਰਾਹ ਨਹੀਂ ਛੱਡਿਆ ਅਸੀਂ ਬਾਰ ਬਾਰ ਕਹੀ ਗਏ ਆ ਵੀ ਤੁਸੀਂ ਹੋਰ ਟਾਈਮ ਲੈ ਲਓ ਪਰ ਸਾਨੂੰ ਦੇ ਦਿਓ ਟਾਈਮ ਨਹੀਂ ਮੰਨੇ ਹੈਗੇ ਸਾਡੇ ਕੋਲ ਕੋਈ ਚਾਰਾ ਹੀ ਨਹੀਂ ਸੀਗਾ ਸਰ ਸਾਡੇ ਟਰਮੀਨੇਸ਼ਨ ਲੈਟਰ ਦੀ ਤਲਵਾਰ ਗਰਦਨ ਤੱਕ ਆ ਚੁੱਕੀ ਆ ਕੱਟਣ ਵਾਲੀ ਗਰਦਨ ਹੋ ਗਈ ਆ ਤੇ ਕਹਿੰਦੇ ਨੇ ਕਿ 10-15 ਦਿਨ ਬਾਅਦ ਮੀਟਿੰਗ ਦਾ ਟਾਈਮ ਮੈਨੂੰ ਐਗਜੈਕਟ ਡੇਟ ਨਹੀਂ ਪਤਾ ਕਿਹੜੀ ਕਹਿ ਰਹੇ ਸੀ ਵੀ ਉਦਣ ਦੇ ਦਾਂਗੇ ਵੀ ਉਦਣ ਮੀਟਿੰਗ ਦਾ ਮਤਲਬ ਕੀ ਰਹਿ ਗਿਆ ਜਦ ਅਸੀਂ ਟਰਮੀਨੇਟ ਹੀ ਹੋ ਗਏ ਅਸੀਂ ਅੱਜ ਵਰਕਿੰਗ ਡੇ ਤੇ ਇਸ ਲਈ ਆਇਆ ਸਾਨੂੰ ਪਤਾ ਨਹੀਂ ਸਾਡੇ ਰਾਤ ਤੱਕ ਸਾਨੂੰ ਪਹੁੰਚ ਜਾਣ ਸਾਡੇ ਸਵੇਰ ਤੱਕ ਸਾਡੇ ਟਰਮੀਨੇਸ਼ਨ ਲੈਟਰ ਸਾਡੇ ਕੋਲ ਪਹੁੰਚ ਜਾਣ ਟਰਮੀਨੇਸ਼ਨ ਲੈਟਰ ਤੋਂ ਬਾਅਦ ਮੀਟਿੰਗ ਦਾ ਕੀ ਮਤਲਬ ਰਹਿ ਗਿਆ ਉਸ ਤੋਂ ਬਾਅਦ ਤਾਂ ਇਹਨਾਂ ਨੇ ਸਾਨੂੰ ਇੱਥੇ ਤੱਕ ਵੀ ਨਹੀਂ ਆਉਣ ਦੇਣਾ ਚੌਂਕ ਤੱਕ ਜਿਹੜੇ ਅਸੀਂ ਅੱਜ ਆ ਗਏ ਇਹਨਾਂ ਦੀ ਅੱਜ ਦੇ ਦਿਨ ਨਹੀਂ ਸਾਡੀ ਸੁਣ ਰਹੇ ਹੈਗੇ ਕੁਛ ਵੀ ਉੱਥੇ ਪ੍ਰੋਟੈਸਟ ਦੇ ਵਿੱਚ ਜਿਹੜੇ ਮੇਲ ਸੀਗੇ ਪੁਲਿਸ ਵਾਲੇ ਇਹਨਾਂ ਨੇ ਫੀਮੇਲ ਦੇ ਉੱਤੇ ਲਾਠੀਚਾਰਜ ਕਿਉਂ ਕੀਤਾ ਇਹਨਾਂ ਨੂੰ ਕਿੰਨਾ ਨੇ ਰਾਈਟ ਦਿੱਤਾ ਹੈਗਾ ਮੇਰਾ ਸਵਾਲ ਪੁਲਿਸ ਵਾਲਿਆਂ ਨੂੰ ਤੇ ਪ੍ਰਸ਼ਾਸਨ ਨੂੰ ਸਿਰਫ ਇਹ ਆ ਵੀ ਅਸੀਂ ਖਾਲੀ ਹੱਥ ਆਏ ਅਸੀਂ ਨਹੀਂ ਹੱਥੇ ਆਏ ਹਾਂ ਸਾਡੇ ਹੱਥ 'ਚ ਕੋਈ ਡਾਂਗਾ ਨਹੀਂ ਕੋਈ ਤਲਵਾਰਾਂ ਨਹੀਂ ਕੁਛ ਨਹੀਂ ਹੈਗੀ ਆ ਇਹ ਡਾਂਗਾ ਲੈ ਕੇ ਮਾਰਨ ਲੱਗ ਗਏ ਇਹ ਕਿੱਥੋਂ ਦਾ ਇਨਸਾਫ ਹੈ ਜਾਂ ਤਾਂ ਸਾਡੇ ਵੀ ਹੱਥ 'ਚ ਫੜਾ ਦਿਓ ਫਿਰ 1-on-1 ਮੁਕਾਬਲਾ ਹੋ ਜਾਵੇ ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਆਉਣ ਵਾਲੇ ਸਮੇਂ 'ਚ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਸਰਕਾਰੀ ਉੱਪਰ ਫੈਸਲਾਂ ਦੀ ਕੋਈ ਗੱਲ ਸੁਣਦੀ ਹੈ ਜਾਂ ਨਹੀਂ ਹਕੀਕਤ ਟੀਵੀ ਪੰਜਾਬੀ ਲਈ ਬਰਨਾਲਾ ਤੋਂ ਰਾਜੇਸ਼ ਗੋਇਲ ਦੀ ਰਿਪੋਰਟ ਕੀ ਤੁਸੀਂ ਪਰੇਸ਼ਾਨ ਹੋ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੁਰੂ ਜ਼ਬੀਰ ਖਾਨ ਸੰਪਰਕ ਕਰੋ 9876-20081 ਪਤਾ ਲੁਧਿਆਣਾ ਪੰਜਾਬ ਖੋਇਆ ਪਿਆਰ ਵਾਪਸ ਪਾਓ 24 ਘੰਟੇ 'ਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ 'ਚ ਧੋਖਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਇਮੀਗ੍ਰੇਸ਼ਨ ਮਸਲੇ ਔਲਾਦ ਸੁੱਖ ਬਿਮਾਰੀ 'ਚ ਦਵਾ ਨਾ ਲੱਗਣਾ ਕੀਤਾ ਕਿਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹਾ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 9876-20081